ਅੱਜ ਸਵੇਰ ਤੋਂ ਹੀ ਅਸੀਂ ਪ੍ਰਸਿੱਧ ਸਾਹਿਤਕਾਰ ਅਤੇ ਪ੍ਰਸਿੱਧ ਚਿੱਤਰਕਾਰ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਸਜੇ ਬੈਠੇ ਹਾਂ। ਸੋ ਇਸ ਵੇਲੇ ਜੋ ਕਵੀ ਦਰਬਾਰ ਕਰ ਰਿਹਾ ਸਾਰਿਆਂ ਨੇ ਬਹੁਤ ਵਧੀਆ ਕਵਿਤਾਵਾਂ ਸੁਣਾਈਆਂ ਸਰਦਾਰ ਪੰਛੀ ਜੀ, ਅਤੇ ਮੈਂ ਕਵਿਤਾ ਸੁਣਾਉਣ ਜਾ ਰਿਹਾ ਅੱਜ ਦੇ ਬਾਰੇ ਵਿੱਚ ਜੋ ਹੋਇਆ ਅਤੇ ਜਿਹਨਾਂ ਦੇ ਬਾਰੇ ਵਿੱਚ ਕਵੀ ਦਰਬਾਰ ਕਰ ਰਿਹਾ ਢਿੱਲੋਂ ਸਾਹਿਬ। ਗੱਜ ਕੇ ਫਤਿਹ ਬਤਾਓ ਦਲੀਪ ਜੀ, ਵਾਹਿਗੁਰੂ ਜੀ ਕਾ ਖਾਲਸਾ। ਕਿ ਪੰਜਾਬੀ ਭਾਣ ਚ ਰੌਣਕਾਂ ਲੱਗੀਆਂ ਨੇ, ਇੱਕ ਇੱਕ ਸਵਾ ਸਵਾ ਲੱਖ ਦੇ ਬਰਾਬਰ ਹੁੰਦਾ। ਪੰਜਾਬੀ ਭਾਣ ਚ ਰੌਣਕਾਂ ਲੱਗੀਆਂ ਨੇ, ਪੰਜਾਬੀ ਪ੍ਰੇਮੀ ਨੇ ਸਾਰੇ ਹੀ ਆਣ ਪਹੁੰਚੇ ਅਜਾਇਬ ਚਿੱਤਰਕਾਰ ਦੀ ਸ਼ਤਾਬਦੀ ਤੇ। ਵਿਚਾਰ ਚਰਚਾ ਲਈ ਸਾਰੇ ਵਿਦਵਾਨ ਪਹੁੰਚੇ ਕਵੀ ਦਰਬਾਰ ਚ ਸ਼ਾਮਲ ਹੋਣ ਦੇ ਲਈ। ਆ ਨਾਮ ਵਰਨੇ ਕਵੀ ਸਹਿਬਾਨ ਪਹੁੰਚੇ, ਢਿੱਲੋਂ ਸਾਹਿਬ ਦਾ ਮਾਣ ਸਨਮਾਨ ਹੋਇਆ, ਇਹ ਵੀ ਲੈਣ ਲਈ ਮਾਣ ਸਨਮਾਨ ਪਹੁੰਚੇ। ਇਹਨਾਂ ਨੇ ਜੋਰ ਦੀ ਗੱਲ ਤੋਂ ਆਓ ਅਜਾਇਬ ਚਿੱਤਰਕਾਰ ਜੀ ਦੀ ਸ਼ਖਸੀਅਤ ਬਾਰੇ ਚੰਦ ਸ਼ਬਦ ਕਹਿਣ ਜਾ ਰਿਹਾ। ਕਿ ਪਿੰਡ ਘਵੱਦੀ ਦੇ ਵਿੱਚ ਸੀ ਜਨਮ ਹੋਇਆ, ਤੇ ਕਾਵ ਖੇਤਰ ਵਿੱਚ ਗੂੜ ਗਿਆਨ ਮਿਲਿਆ। ਪਿੰਡ ਘਵੱਦੀ ਦੇ ਵਿੱਚ ਸੀ ਜਨਮ ਹੋਇਆ, ਕਾਵ ਖੇਤਰ ਚ ਗੂੜ ਗਿਆਨ ਮਿਲਿਆ। ਚਿੱਤਰਕਾਰ ਵੀ ਉਹ ਕਮਾਲ ਦਾ ਸੀ, ਮਾਣੋ ਧੁਰਦਰ ਗਾਣੋਂ ਵਰਦਾਨ ਮਿਲਿਆ। ਚਿੱਤਰਕਾਰ ਵੀ ਉਹ ਕਮਾਲ ਦਾ ਸੀ, ਮਾਣੋ ਧੁਰੋਂ ਸੀ ਕੋਈ ਵਰਦਾਨ ਮਿਲਿਆ। PAU ਵਿੱਚ ਨੌਕਰੀ ਸੀ ਕੀਤੀ, ਯੂਨੀਵਰਸਿਟੀ ਨੂੰ ਗੁਣੀ ਇਨਸਾਨ ਮਿਲਿਆ। ਔਰ ਚਿੱਤਰਕਾਰੀ ਤੇ ਕਵਿਤਾ ਦੇ ਪਿੰਡ ਅੰਦਰ ਹਰ ਇੱਕ ਪੱਖ ਤੋਂ ਮਾਣ ਸਨਮਾਨ ਮਿਲਿਆ। ਚਿੱਤਰਕਾਰੀ ਤੇ ਕਵਿਤਾ ਦੇ ਪਿੰਡ ਅੰਦਰ ਹਰ ਇੱਕ ਪੱਖ ਤੋਂ ਮਾਣ ਸਨਮਾਨ ਮਿਲਿਆ। ਆਖਰੀ ਦਮ ਤੱਕ ਕਵਿਤਾ ਹੋਵੇ ਲਿਖਦੇ, ਆਖਰੀ ਦਮ ਤੱਕ 88 ਸਾਲ ਦੀ ਉਮਰ ਚੋਂ ਗਏ ਦੁਨੀਆ ਤੋਂ, ਆਖਰੀ ਦਮ ਤੱਕ ਕਵਿਤਾ ਰਹੇ ਲਿਖਦੇ। ਨਾਲੇ ਕਵਿਤਾ ਦੀ ਸਾਂਭ ਸੰਭਾਲ ਕੀਤੀ, 65 ਪੁਸਤਕਾਂ ਲਿਖੀਆਂ ਉਹਨਾਂ ਨੇ। ਆਖਰੀ ਦਮ ਤੱਕ ਕਵਿਤਾ ਰਹੇ ਲਿਖਦੇ, ਨਾਲੇ ਕਵਿਤਾ ਦੀ ਸਾਂਭ ਸੰਭਾਲ ਕੀਤੀ, 65 ਪੁਸਤਕਾਂ ਸਾਹਿਤ ਦੀ ਪਾ ਝੋਲੀ ਉਹਨਾਂ ਮਾਂ ਬੋਲੀ ਵੱਲੋਂ ਮਾਲ ਕੀਤੀ। ਸਾਹਿਤ ਦੀ ਪਾ ਝੋਲੀ ਉਹਨਾਂ ਮਾਂ ਬੋਲੀ ਮਾਲੋ ਮਾਲ ਕੀਤੀ। ਚਿੱਤਰਾਂ ਵਿੱਚ ਵੀ ਰੂਹ ਨਾਲ ਰੰਗ ਭਰ ਭਰ ਸੇਵਾ ਬ੍ਰਸ਼ ਨਾਲ ਘਾਲਣਾ ਘਾਲ ਕੀਤੀ। ਅਯੋਲਾ ਸਾਗਰ ਨੂੰ ਕੁੱਜੇ ਵਿੱਚ ਬੰਦ ਕਰਕੇ ਸੀ ਕਮਾਲ 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 ਕੀਤੀ। ਉਹਨਾਂ ਸਾਗਰ ਨੂੰ ਕੁੱਜੇ ਵਿੱਚ ਬੰਦ ਕਰਕੇ ਸੀ ਕਮਾਲ 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 ਕੀਤੀ। ਅਜਾਇਬ ਚਿੱਤਰਕਾਰ ਨੇ ਉਮਰ ਸਾਰੀ ਵਧੀਆ ਵਿਸ਼ਿਆਂ ਤੇ ਕੰਮ ਚਲਾਈ ਸੋਹਣੀ। ਅਜਾਇਬ ਚਿੱਤਰਕਾਰ ਨੇ ਉਮਰ ਸਾਰੀ ਆ ਵਧੀਆ ਵਿਸ਼ਿਆਂ ਤੇ ਕੰਮ ਚਲਾਈ ਸੋਹਣੀ। ਸਾਹਿਬ ਲੁਧਿਆਣਵੀ ਦੇ ਵੀ ਰਹੇ ਸਾਥੀ, ਮਿਲਿਆ ਮਾਣ ਤੇ ਪਾਈ ਵਡਿਆਈ ਸੋਹਣੀ। ਗਜ਼ਲ ਗੋ ਵੀ ਸਿਰੇ ਦੇ ਸੀ ਉਹ ਤਾਂ, ਤੇ ਹਰ ਮਹਿਫਲ ਵਿੱਚ ਗਜ਼ਲ ਸੁਣਾਈ ਸੋਹਣੀ। ਉਹ ਲਿਖ ਲਿਖ ਕੇ ਸਾਹਿਤ ਇਨਕਲਾਬ
ਪਾਉਂਦੀ, ਹਰ ਇੱਕ ਗਜ਼ਲ ਕਲੇਜੇ ਨੂੰ ਧੂਹ ਪਾਉਂਦੀ, ਹਰ ਇੱਕ ਗਜ਼ਲ ਪ੍ਰਸੰਗ ਨਵੇਕਦਾ ਸੀ। ਆ ਚਿੱਤਰਕਾਰੀ ਦੇ ਵਿੱਚ ਨਿਪੁੰਨ ਹੈ ਸਰ, ਹਰ ਇੱਕ ਚਿੱਤਰ ਦਾ ਰੰਗ ਨਵੇਕਦਾ ਸੀ, ਹਰ ਦਮ ਸ਼ਾਇਰਾਂ ਦੇ ਅੰਗ ਸੰਗ ਰਹਿੰਦੇ, ਪਰ ਕ੍ਰਿਸ਼ਨ ਅਦੀਪ ਦਾ ਸੰਗ ਨਵੇਕਦਾ ਸੀ, ਪਰ ਕ੍ਰਿਸ਼ਨ ਅਦੀਪ ਦਾ ਸੰਗ ਨਵੇਕਦਾ ਸੀ। ਸੇਵਾ ਕਰਨ ਨਾਲ ਏਦਾਂ ਦੇ ਜੋਗ ਕਰਦੇ, ਦੁਨੀਆਂ ਵਿੱਚ ਉਹ ਬੰਦੇ ਮਹਾਨ ਹੁੰਦੇ। ਮਾਂ ਬੋਲੀ ਲਈ ਕਲਮ ਚਲਾਉਣ ਜਿਹੜੇ, ਉਹ ਤਾਂ ਸਾਹਿਤ ਦੇ ਲਈ ਵਰਦਾਨ ਹੁੰਦੇ, ਕਦਰ ਵਾਲੇ ਹੀ ਆਪਣੀ ਕਦਰ ਪਾਉਂਦੇ। ਐਵੇਂ ਕਿਸੇ ਦੇ ਗੁਣ ਨਹੀਂ ਜਾਣ ਹੁੰਦੇ, ਢਿੱਲੋਂ ਸਾਹਿਬ ਦਾ ਅੱਜ ਸਨਮਾਨ ਹੋਇਆ। ਹੋਰ